फैन अंबेडकर टीवी तुहाड़ा बहुत बहुत स्वागत है। मामला लुधियाणा के ढोलनवाल पिंड का, जिथे की रहने वाली लड़की निशा ने अपने मास्टर उत्ते छेड़छाड़ और जबरदस्ती करन दे आरोप लगाए। इस दौरान उसके नानका परिवार ने इन सब आरोपों बेबुनियाद दसद अपना पला झाड़िया। इस संबंधी थाना कुमकलां दे विच दरखास्त दर्ज करवाने तो बाद करीब 15 दिन तक कोई भी कार्रवाई नहीं की गई। जाणो की है असल मामला। मेरा नाम निशा कौर है जी। की होया सीगा? मेरे नाल 5 तरीक नूं मेरे नाल होया धक्का बहुत होया जी। 6 तरीक नूं मेरे नाल मारकुट हुई है जी। ਹਾਂਜੀ, ਮੇਰੇ ਜੋ ਮਾਸੜ ਹੋਣੀ ਆ ਜੀ, ਮੇਰੇ ਮਾਮੇ ਹੋਣੀ ਆ, ਉਹਨਾਂ ਨਾਲ ਜੀ ਮੇਰੇ ਨਾਲ ਮਾਰਕੁੱਟ ਹੋਈ ਹੈ। ਜਿਹੜਾ ਮੇਰਾ ਮਾਸੜ ਹੈ ਜੀ, ਉਹ ਮੇਰੇ ਨਾਲ ਗਲਤ ਹਰਕਤਾਂ ਕਰਦਾ ਹੈ ਅਤੇ ਮੇਰੇ ਨਾਲ ਛੇੜਛਾੜ ਕਰਦਾ। ਉਹਨੇ ਕਾਫੀ ਵਾਰੀ ਮੇਰੀ ਇੱਜ਼ਤ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਹੈ। ਠੀਕ ਹੈ ਜੀ। ਅਤੇ ਮੇਰਾ ਨਾਮ ਮੇਰੇ ਮਾਸੜ ਦਾ ਨਾਮ ਹੈ ਅਜਮੇਰ ਸਿੰਘ ਜੀ। ਕਿੱਥੇ ਦਾ ਰਹਿਣ ਵਾਲਾ? ਮੇਰਾ ਅਸੀਂ ਢੋਲਣਵਾਲ ਦੇ ਰਹਿਣ ਵਾਲੇ ਹਾਂ। ਮੇਰਾ ਮਾਸੜ ਵੀ ਅਜਮੇਰ ਸਿੰਘ। 6 ਤਰੀਕ ਨੂੰ ਮਾਰਕੁੱਟ ਹੋਈ। ਕੋਈ ਪੁਲਿਸ ਕੰਪਲੇਂਟ ਤੁਸੀਂ ਕੀਤੀ? ਹਾਂਜੀ, ਕੀਤੀ ਸੀ ਪਿੰਡ ਕੋਮਕਲਾ ਥਾਣੇ ਦੇ ਵਿੱਚ। ਕਿੰਨੀ ਦੇਰ ਹੋ ਗਈ? 6 ਤਰੀਕ ਦੀ ਹੋਈ ਹੋਈ ਹੈ ਜੀ। ਪੁਲਿਸ ਦਾ ਕੀ ਰਿਐਕਸ਼ਨ ਆ? ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਹੈਗੀ। ਠੀਕ ਹੈ, ਮੇਰੀ ਕੱਚੀ ਰਿਪੋਰਟ ਲਿਖੀ ਹੋਈ ਹੈ ਉਹਨਾਂ ਨੇ, ਪੱਕੀ ਰਿਪੋਰਟ, ਮੇਰੇ ਮੈਡੀਕਲ, ਮੇਰਾ ਸਾਰਾ ਕੁਝ ਉਹਨਾਂ ਨੇ ਕੀਤਾ ਹੋਇਆ ਹੈ। ਮੇਰੇ ਸਿਵਲ ਮਾਛੀਵਾੜਾ ਸਾਹਿਬ ਸਮਰਾਲੀ ਮੇਰਾ ਮੈਡੀਕਲ ਹੋਇਆ ਹੈ। ਅਤੇ ਕੀ ਕਰਦੇ ਹੁਣ ਤੁਸੀਂ? ਮੈਨੂੰ ਇਨਸਾਫ ਦਿੱਤਾ ਜਾਵੇ ਜੀ ਇਸ ਗੱਲ। ਮੈਨੂੰ ਛੇੜਛਾੜ ਦਬਾਅ ਮੈਨੂੰ ਇਸ ਗੱਲ ਦਾ ਹੀ ਹੋ ਰਿਹਾ। ਮੇਰੇ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਪੰਚਾਇਤ ਦਾ ਜੀ। ਕਹਿੰਦੇ ਆ ਤੁਹਾਡੇ ਵੀ ਫੈਸਲਾ ਕਰ ਲਓ, ਫੈਸਲਾ ਕਰ ਲਓ। ਮੈਨੂੰ ਇਨਸਾਫ ਚਾਹੀਦਾ ਇਸ ਗੱਲ ਦਾ। ਘਰ ਦੇ ਵਿੱਚ ਕੌਣ ਕੌਣ ਆ ਤੁਹਾਡੇ? ਮੇਰੇ ਮੰਮੀ ਆ ਜੀ, ਛੋਟਾ ਭਰਾ ਆ 16-17 ਸਾਲਾਂ ਦਾ। ਤੇ ਜਦੋਂ ਮਾਰ ਕੁਟਾਈ ਹੋਈ ਕਿੰਨੇ ਬੰਦੇ ਆਏ ਸੀ? 16-17 ਜਾਣੇ ਸੀਗੇ ਜੀ। ਤੇ ਕੀ ਹਥਿਆਰ ਵਗੈਰਾ ਵੀ ਸੀ ਕੋਈ ਉਹਨਾਂ ਦੇ? ਹਾਂਜੀ, ਉਹਨਾਂ ਦੇ ਹੱਥੇ ਡੰਡੇ ਚੱਕੀ ਫਿਰਦੇ ਸੀ, ਇੱਟਾਂ ਚੱਕੀਆਂ ਫਿਰਦੇ ਸੀ, ਕਿਰਪਾਨਾਂ ਵੀ ਚੱਕੀਆਂ ਹੋਈਆਂ ਸੀਗੀਆਂ ਉਹਨਾਂ ਨੇ ਤੁਹਾਡੇ ਸੱਟ। ਤੇ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਉਹਨਾਂ ਨੇ, ਤੇ ਮੈਨੂੰ ਘੜੀਸ ਘੜੀਸ ਕੇ ਕੁੱਟਿਆ ਉਹਨਾਂ ਨੇ, ਮੇਰੇ ਕੱਪੜੇ ਫਾੜੇ ਆ ਉਹਦੇ ਮੁੰਡਿਆਂ ਨੇ। ਠੀਕ ਆ, ਮੇਰੀ ਇੱਜ਼ਤ ਨੂੰ ਜਲੀਲ ਕੀਤਾ ਆ। ਅਤੇ ਮੇਰੇ ਗਵਾਂਢੀਆਂ ਦੇ ਘਰ ਮੈਂ ਲੁੱਕ ਕੇ ਬੈਠੀ ਸੀਗੀ, ਉੱਥੋਂ ਵੀ ਮੈਨੂੰ ਦਰਵਾਜ਼ੇ ਤੋੜ ਤੋੜ ਕੇ ਘੜੀਸ ਘੜੀਸ ਕੇ ਕੱਟ ਕੇ ਲੈ ਕੇ ਆਏ ਆ। ਫਿਰ ਮੇਰੇ ਮਾਸੜੋਂ ਨੇ ਮੇਰੇ ਸਿਰ ਦੇ ਵਿੱਚ ਇੱਟਾਂ ਮਾਰੀਆਂ ਆ ਅਤੇ ਮੇਰੇ ਟਾਂਕੇ ਲੱਗੇ ਹੋਏ ਆ ਸਿਰ ਦੇ ਵਿੱਚ, ਅਤੇ ਮੇਰੇ ਫੋਟੋ ਵੀ ਹੈ ਮੇਰੇ ਮੌਕੇ ਦੀਆਂ। ਅਤੇ ਮੇਰੇ ਇਸ ਮਾਮਲੇ ਦੇ ਵਿੱਚ ਮੇਰੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈਗੀ। ਮੈਨੂੰ ਵਾਰ ਵਾਰ ਇਹ ਕਹੀ ਜਾਂਦੇ ਤੇਰੀ ਮੈਡੀਕਲ ਰਿਪੋਰਟਾਂ ਤੇਰੀਆਂ ਨੋਰਮਲ ਆਈਆਂ, ਮੇਰੇ ਐਕਸਰੇ ਆ ਉਹ ਵੀ ਰੁਕਵਾ ਦਿੱਤੇ ਇਹਨਾਂ ਨੇ, ਮੇਰੀਆਂ ਮੈਡੀਕਲ ਰਿਪੋਰਟਾਂ, ਮੇਰਾ ਸਾਰਾ ਕੁਝ ਹੋਇਆ ਹੋਇਆ, ਅਤੇ ਇਸ ਮਾਮਲੇ ਵਿੱਚ ਮੇਰੀ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ। ਇਹਨਾਂ ਦਾ ਕੰਮ ਨਹੀਂ ਸੀਗਾ ਮੇਰੇ ਘਰ 'ਤੇ ਆ ਕੇ ਹਮਲਾ ਕਰਨਾ, ਮੇਰੀ ਭੈਣ ਆ ਕਿਸੇ ਦੁਸ਼ਮਣ ਆ। ਹੁਣ ਆਈਆ ਮੇਰਾ ਕੀ ਲੱਗਦਾ ਆ, ਹੁਣ ਕੀ ਰਿਸ਼ਤੇਦਾਰੀ ਮੇਰੀ ਰਹਿ ਗਈ ਹੁਣ ਇਹਨੇ ਮੇਰੇ ਸਾਰੇ ਧੜਾ 'ਤੇ? ਮੈਨੂੰ ਦੱਸ ਦਿੰਦੀ ਇੱਕ ਵਾਰੀ ਇਹਨਾਂ ਮੈਨੂੰ ਦੱਸਿਆ, ਮੰਮੀ ਮੈਂ ਕਰਦ ਲੈ ਕੇ ਭਜਾਈ ਆਇਆ। ਮੈਂ ਕਿਹਾ ਕੋਈ ਗੱਲ ਨੀ ਪੁੱਤ, ਮੈਂ ਮੇਰੀ ਭੈਣ ਨੂੰ ਮੈਂ ਦੱਸੂ ਘਰ ਦੇ ਵਿੱਚ ਲੜਾਈ ਹੋਊਗੀ। ਦਬਾਵਾ ਪਾ ਰਹੇ ਆ ਇਹ, ਕਹਿੰਦੇ ਅਸੀਂ ਆਪਣੇ ਲੰਗੜੇ ਲੂਲੀਆਂ ਨਾਲ ਤੋਰਨੀਆਂ, ਵਿਆਹੇ ਹੋਏ ਬੱਚਿਆਂ ਵਾਲੇ ਨਾਲ ਤੋਰਨੀਆਂ, ਨਹੀਂ ਤੋਰਨੀਆਂ, ਮੈਂ ਨਹੀਂ ਤੋਰਨੀਆਂ। ਅਸੀਂ ਪਿੰਡ ਨਹੀਂ ਰਹਿ ਰਹੇ, ਸਾਨੂੰ ਪਿੰਡ ਤੋਂ ਪੂਰਾ ਖਤਰਾ ਹੈ। ਪਿੰਡ ਤੋਂ ਹੁਣ 15 ਦਿਨ ਹੋ ਗਿਆ ਮੈਂ ਘਰ ਤੋਂ ਬੇਘਰ ਹੋਈ ਹੋਈ ਆ, ਇਹਨਾਂ ਨੇ ਮੇਰੇ ਨਾਲ ਜ਼ਬਰਦਸਤ ਕਰਦੇ ਆ, ਖਤਰਾ ਹੈ ਸਾਨੂੰ, ਇਸ ਟਾਈਮ ਵੀ ਖਤਰਾ ਹੈ, ਇਸ ਟਾਈਮ ਅਸੀਂ ਇੱਥੇ ਖੜੇ ਆ। ਤੁਸੀਂ ਪੰਚਾਇਤ, ਪਿੰਡ ਦੀ ਪੰਚਾਇਤ ਨਾਲ? ਪੰਚਾਇਤ ਵਿਚਾਰੀ ਕੀ ਕਰੇ, ਪੰਚਾਇਤ ਨੂੰ ਫਿੱਟ ਲਾਉਣ ਦਾ ਬਥੇਰੀ ਪੈ ਰਹੀ ਆ, ਉਹਨੂੰ ਫਿੱਟ ਲਾਉਣ ਤਾਂ ਬਥੇਰੀ ਪੈ ਰਹੀ ਆ, ਪਰ ਇਹ ਬੰਦੇ ਦੇ ਨਾ ਕੋਈ ਕਾਰਵਾਈ ਕੀਤੀ ਜਾਵੇ, ਮੈਨੂੰ ਇਨਸਾਫ ਦਿੱਤਾ ਜਾਵੇ ਇਸ ਚੀਜ਼ ਦਾ, ਜਿਹੜੇ ਇਹਨਾਂ ਨੇ ਮੇਰੇ ਇੰਨੇ ਖੂਨ ਖਹਾੜੇ ਕੀਤੇ ਆ। ਠੀਕ ਹੈ, ਮੇਰੀ ਇੱਜ਼ਤ ਨੂੰ ਤਾੜ ਤਾੜ ਕੀਤਾ ਇਹਨਾਂ ਨੇ ਸਾਰੇ ਪਾਸੇ ਇਲਾਕੇ ਦੇ ਵਿੱਚ, ਮੇਰੀ ਮੈਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ ਇਹਨਾਂ ਨੇ ਮੇਰਾ ਸਿਰ। ਕਾਰਵਾਈ ਨਹੀਂ ਕਰਦੀ, ਨੈਕਸਟ ਤੁਹਾਡਾ ਕਦਮ ਕੀ ਹੋਏਗਾ? ਮੈਂ ਉੱਪਰ ਜਾਊਂਗੀ, ਇਹ ਤੋਂ ਵੀ ਉੱਪਰ ਜਾਊਂਗੀ, ਜਦ ਤੱਕ ਮੈਨੂੰ ਇਨਸਾਫ਼ ਨਹੀਂ ਮਿਲੂਗਾ ਤਾਂ ਮੈਂ ਇੱਥੇ ਵਾਰ ਵਾਰ ਆਊਂਗੀ। ਵਾਰ ਵਾਰ ਮੈਂ 20 ਦਿਨ ਹੋ ਗਏ ਮੈਨੂੰ ਖੱਜਲ ਕਰ ਰਹੀ ਹੈ ਪੁਲਿਸ, ਕਦੇ ਕਹਿੰਦੀ ਤੇਰੀ ਨੋਰਮਲ ਰਿਪੋਰਟਾਂ ਆਈਆਂ ਵਾ, ਕਦੇ ਕੁਛ ਕਹਿ ਰਿਹਾ, ਕਦੇ ਕੁਛ ਕਹਿ ਰਿਹਾ, ਮੈਨੂੰ ਵਾਰ ਵਾਰ ਇਹੀ ਭੰਬਲ ਭੂਸਿਆਂ ਵਿੱਚ। ਇਹ ਚਾਹੁੰਦੇ ਆ ਕਿ ਕੱਲ ਠੰਡੀ ਪੈ ਜਾਵੇ ਅਤੇ ਸ਼ਾਇਦ ਇਹ ਪਿੰਡ ਦੀ ਪੰਚਾਇਤ ਨਾਲ ਫੈਸਲਾ ਕਰ ਲਵੇ, ਪਰ ਮੈਂ ਫੈਸਲਾ ਨਹੀਂ ਕਰਨਾ ਚਾਹੁੰਦੀ, ਮੈਨੂੰ ਇਸ ਗੱਲ ਦਾ ਇਨਸਾਫ ਦਿੱਤਾ ਜਾਵੇ। ਸਾਰਾ ਪਿੰਡ ਮੈਨੂੰ ਦੇਖ ਰਿਹਾ ਸੀ, ਮੈਨੂੰ ਕਿਸੇ ਨੇ ਨਹੀਂ ਛੱਡਾਇਆ ਇਹ ਵੀ ਤੁਸੀਂ ਇਹਦੇ ਫੈਸਲੇ ਵਿੱਚ ਨਹੀਂ ਆਉਣਾ, ਤੁਸੀਂ ਇਹਨਾਂ ਦੀ ਗੱਲਬਾਤ ਨਹੀਂ ਨਾ ਕਾਰਵਾਈ ਨਹੀਂ ਕਰਦੇ ਆਏ। ਮੇਰੀ ਮੰਮੀ ਸਾਰਿਆਂ ਤੋਂ ਬੜੀ ਆ, ਮੇਰੇ ਮਾਮੇ ਨਾਨਿਆਂ ਤੋਂ ਸਾਰਿਆਂ ਤੋਂ ਬੜੀ ਆ, ਮੇਰੀ ਮੰਮੀ ਦੇ ਚਪੇੜਾ ਮਾਰਦੇ ਆ, ਕਦੇ ਕੁਝ ਕਰਦੇ ਆ, ਛੱਡੜ ਮੇਰੇ ਸਿਰ ਦੇ ਵਿੱਚ ਵੀ ਬੋਟੀਆਂ ਨੇ। ਇਹ ਕੁੜੀ ਮੇਰਾ ਫਰੈਂਡ ਹੈਗਾ, ਉਹਦੀ ਮਾਮੇ ਦੀ ਕੁੜੀ ਹੈਗੀ, ਇਹਦੇ ਨਾਲ ਕੁੱਟਮਾਰ ਹੋਈ ਕੁੜੀ ਨਾਲ, ਅਤੇ ਇਹਦੇ ਨਾਲ ਧੱਕਾ ਹੋ ਰਿਹਾ। ਉਹਨੇ ਜਿਹੜੇ ਬੰਦਾ ਇਹਦਾ ਮਾਸੜ ਲੱਗਦਾ ਰਿਸ਼ਤੇਦਾਰ 'ਚ, ਉਹਨੇ ਇਹਦੇ ਨਾਲ ਕੁੱਟਮਾਰ ਵੀ ਕੀਤੀ ਅਤੇ ਇਹਦੇ ਨਾਲ ਗੱਲ ਦਰਦ ਕਰਦੇ ਕਰਦਾ। ਪੁਲਿਸ ਮੈਂ ਇਹਨਾਂ ਨੇ 6 ਤਾਰੀਖ ਨੂੰ ਦਰਖਾਸਤ ਦਿੱਤੀ ਸੀ ਮੈਡੀਕਲ ਵੀ ਲਗਾ ਕੁੜੀ ਕਾ ਹੋਇਆ,
ਇਹਦੀ ਮਾਤਾ ਨੇ ਵੀ ਕੁੱਟਮਾਰ ਹੋਈ ਅਤੇ ਇਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਅਸੀਂ ਇਹਨਾਂ ਦੇ ਨਾਲ ਖੜ੍ਹੇ, ਜਦੋਂ ਤੱਕ ਇਹਨਾਂ ਨੂੰ ਇਨਸਾਫ਼ ਨਹੀਂ ਮਿਲੂਗਾ ਅਸੀਂ ਉਦੋਂ ਤੱਕ ਇਹਨਾਂ ਨਾਲ ਰਹਾਂਗੇ। ਇੱਥੇ ਅਗਰ ਇਨਸਾਫ਼ ਮਿਲਦਾ ਤਾਂ ਵੀ ਠੀਕ ਹੈ, ਨਹੀਂ ਤਾਂ ਆਪਾਂ ਸੀ ਪੀ ਸਾਹਿਬ ਕੋਲ ਜਾਵਾਂਗੇ। ਉੱਥੇ ਨਹੀਂ ਇਨਸਾਫ਼ ਮਿਲਦਾ ਤਾਂ ਆਪਾਂ ਕੋਰਟ ਕੇ ਥਰੂ ਉਹਨਾਂ 'ਤੇ ਪਰਚਾ ਦਰਜ ਕਰਾਵਾਂਗੇ ਅਤੇ ਆਪਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਵੀ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਕਾਰਵਾਈ ਕੀਤੀ ਜਾਵੇ ਜਿਹੜਾ ਬੰਦਾ ਮੁਲਜ਼ਮ ਹੈ। ਮੇਰਾ ਅਵਤਾਰ ਸਿੰਘ ਜੀ, ਤੁਸੀਂ ਕੀ ਰਿਸ਼ਤਾ ਆਪਣਾ ਮੁੜੀਆਂ ਦੇ ਨਾਲ? ਮੇਰੀ ਭਤੀਜੀ ਆ ਜੀ। ਅਤੇ ਕੀ ਮੈਟਰ ਕੀ ਆ, ਤੁਸੀਂ ਅੱਜ ਇੱਕ ਰਿਸ਼ਤੇਦਾਰ ਹੋਣ ਦੇ ਨਾਤੇ, ਚਾਚਾ ਹੋਣ ਦੇ ਨਾਤੇ ਤੁਸੀਂ ਦੂਜੀ ਧਿਰ ਦੇ ਨਾਲ ਖੜੇ ਹੋ? ਹਾਂਜੀ। ਕੀ ਕਾਰਨ ਹੈ? ਕਾਰਨ ਆ ਜੀ, ਹੁਣ ਕੀ ਕਹਿ ਸਕਦੇ ਜੀ, ਗੰਦ ਬਾਹਲਾ ਪਾਉਂਦੀਆਂ ਨੇ, ਦੇਖਿਆ ਨਹੀਂ ਜਾ ਰਿਹਾ ਅੱਖੀਂ, ਅਤੇ ਜੇ ਕੋਈ ਜਾਂਦਾ ਤਾਂ ਉਹਦੇ 'ਤੇ ਇਹੋ ਜਿਹਾ ਦੋਸ਼ ਲਾਉਂਦੀਆਂ। ਅਤੇ ਮਾਸੜ ਵੱਲੋਂ ਜਿਹੜੇ ਬਿਆਨ ਦਿੱਤੇ, ਮਾਸੜ ਦੇ ਵਿੱਚ ਕਿੰਨੀ ਸੱਚਾਈ ਆ, ਉਹਨਾਂ ਦਾ ਆਰੋਪ ਹੈ ਕਿ ਕੋਈ ਅੱਖ ਦੀ ਬੁਰੀ ਦੇ ਕੀ ਮਸਲਾ? ਨਹੀਂ ਨਹੀਂ ਜੀ, ਬਿਲਕੁਲ ਨਹੀਂ ਸਰ। ਅਤੇ ਕੀ ਹੁਣ ਤੁਸੀਂ ਕੀ ਚਾਹੁੰਦੇ ਹੋ ਕਾਰਵਾਈ ਦੇ? ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇਹਨਾਂ ਦਾ ਬੈਠ ਕੇ ਨਿਬੜ ਜਾਵੇ। ਹਾਂਜੀ। ਅਤੇ ਕਿੰਨੀ ਦੇਰ ਹੋ ਗਈ ਇਹਨਾਂ ਦੇ ਫਾਦਰ ਨੂੰ ਐਕਸਪਾਇਰ ਹੋਇਆ? ਮੇਰੇ ਜੀ ਉਹ ਤਾਂ ਯਾਦ ਨਹੀਂ ਹੈਗਾ ਕਿੰਨਾ ਚਿਰ ਹੋ ਗਿਆ ਹੋਊਗਾ। 4-5 ਸਾਲ ਹੋ ਗਏ। 4-5 ਸਾਲ ਹੋ ਗਏ। ਨਹੀਂ ਨਹੀਂ ਜੀ, ਕੋਈ ਨਹੀਂ। ਲੈ ਕੇ ਇਹ ਫਿਰਦਾ ਰਿਹਾ ਕੇਸ, ਇਹਨਾਂ ਸਾਰਾ ਫਾਈਨਲ ਇਹਨਾਂ ਹੀ ਕਰਵਾਇਆ, ਅਸੀਂ ਨਹੀਂ ਗਏ ਕਿਸੇ ਕੋਲ। ਡੈਡੀ ਨੂੰ ਵੀ ਚੱਕੀ ਗਈ ਅੱਜ, ਇਹਦੇ ਉੱਤੇ ਹੀ ਮਤਲਬ ਕਿ ਦੋਸ਼ ਲੱਗ ਰਿਹਾ। ਕੁੜੀਆਂ ਵੱਲੋਂ ਤਾਂ ਸੱਚਾਈ ਹੈ ਹੀ ਨਹੀਂ ਗੀ। ਸਾਡੀ ਮੰਗ ਜੀ ਇਹੀ, ਫੈਸਲਾ ਹੋ ਜਾਏ ਇਹਨਾਂ ਦਾ, ਬਸ ਠੀਕ ਠਾਕ ਆ। ਹੋਰ ਉਹ ਤਾਂ ਜੀ ਮੈਨੂੰ ਇੰਨੀ ਗੱਲ ਦਾ ਨਹੀਂ ਪਤਾ ਹੈਗਾ ਵੀ ਕਿਵੇਂ ਕਿਵੇਂ ਉਹ ਕੁੜੀ ਗਈ ਹੈ। ਇਹਦੇ ਮੁੰਡੇ ਅਜਮੇਰ ਸਿੰਘ ਆ ਜੀ, ਢੋਲ ਨਾਲ ਦੇ ਰਹਿਣ ਵਾਲਾ ਜੀ। ਇਹ ਰਿਸ਼ਤੇਦਾਰਾਂ ਨੂੰ ਜੀ ਉਹ ਛੱਡਣ ਆਏ ਤੇ ਰਾਤ ਨੂੰ ਕੁੜੀ ਭੱਜੀ ਆ, ਮੈਂ ਉਹਦੇ ਵਿੱਚ ਕੋਈ ਮੇਰਾ ਰੋਲ ਨਹੀਂ ਹੈਗਾ, ਨਾ ਮੈਂ ਉੱਥੇ ਗਿਆ, ਨਾ ਮੈਂ ਜਦੋਂ ਉਹਨਾਂ ਨੇ ਮੈਨੂੰ ਸਵੇਰ ਨੂੰ ਕਿਹਾ ਛੱਡਣ ਆਇਆ, ਇਹਨਾਂ ਨੂੰ ਛੱਡਣ ਆਏ ਆ ਉਹ, ਜਦੋਂ ਉਹ ਛੱਡਣ ਆਏ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਛੱਡ ਕੇ ਚੱਲ ਜਾਓ, ਆਪਾਂ ਕੀ ਲੈਣਾ? ਉਹ ਕਹਿੰਦਾ ਨਹੀਂ ਤੂੰ ਆ ਜਾ। ਫਿਰ ਸਾਨੂੰ ਬਾਹਰਲੇ ਬੰਦੇ ਤੋਂ ਮੇਰੀਆਂ ਨੌਹਾਂ ਨੂੰ, ਮੇਰੇ ਮੁੰਡਿਆਂ ਨੂੰ, ਮੈਨੂੰ ਭੈੜੀਆਂ ਗੱਲਾਂ ਬਹੁਤ ਕਹੀਆਂ। ਆਹ ਰਿਕਾਰਡਿੰਗ ਤੁਹਾਡੇ ਕੋਲ ਆਏ, ਤੁਹਾਨੂੰ ਦੇ ਦੇਣੀ ਆ, ਠੀਕ ਆ? ਵੀ ਮੇਰੀਆਂ ਨੌਹਾਂ ਤੱਕ ਸੌਣ ਤੱਕ ਵੀ ਕਿਹਾ ਮੁੰਡੇ ਨੇ, ਜਦ ਤੱਕ ਉਹ ਪੇਸ਼ ਨਹੀਂ ਹੁੰਦਾ ਜਦ ਤੱਕ ਕਾਰਵਾਈ ਮੇਰੇ 'ਤੇ ਕੋਈ ਨਹੀਂ ਹੋਣੀ ਚਾਹੀਦੀ। ਮੇਰੇ ਨਾਲ ਸਾਰਾ ਪਿੰਡ ਆ, ਮੁੰਡਿਆਂ ਇਹੀ ਦੱਸਣਗੀਆਂ, ਠੀਕ ਆ? ਮੁੰਡਾ ਬਾਹਰ ਨਹੀਂ, 3 ਨੰਬਰਾਂ 'ਚ ਅੱਖਰ ਆਉਂਦੇ ਆ, ਬੁਲਟ 'ਤੇ ਘੁੰਮ ਕੇ ਵੀ ਆਇਆ, ਫੋਟੋ ਵੀ ਸਾਡੇ ਕੋਲ ਆ, ਨੰਬਰ ਵੀ ਉਹਦਾ ਪੂਰਾ ਸਾਡੇ ਕੋਲ ਆ, ਠੀਕ ਆ ਜੀ? ਬੇਨਤੀ ਸਾਡੀ ਇਹ ਆ ਵੀ ਮੇਰੇ ਨਾਲ ਹੋ ਰਿਹਾ ਧੱਕਾ, ਅੱਜ ਆਹ ਕੇਸ ਇਹਨਾਂ ਨਾਲ ਮੈਂ ਸਿਰੇ ਤੱਕ ਲਵਾਇਆ, ਇਹਨਾਂ ਦਾ ਕਾਗਜ਼ ਲਿਆਇਆ ਮੈਂ ਕੱਲ੍ਹ ਕਢਾ ਕੇ ਵਕੀਲ ਤੋਂ, ਠੀਕ ਆ? ਇਹ ਝੂਠ ਸਮਾਨ ਬੋਲਦੇ ਆ ਵੀ 1.5 ਲੱਖ ਉੱਧਰੋਂ ਮਿਲ ਗਿਆ, 1.5 ਅਸੀਂ ਮਾਸੇ ਤੋਂ ਲੈ ਲਈਏ, ਇਹ ਨਹੀਂ ਮਿਲਣਾ। ਕਾਰਵਾਈ ਜਿਹੜੀ ਸੱਚਾਈ ਆ ਉਹ ਮੈਂ ਕਰਾਊਂਗਾ, ਪਰ ਜਿਹੜਾ ਮੇਰੀ ਨੌਹਾਂ ਨੂੰ ਗਾਲਾਂ ਕੱਢੀਆਂ ਉਹ ਮੇਰੇ ਬੰਦਾ ਸਾਹਮਣੇ ਆਉਣਾ ਚਾਹੀਦਾ। ਪਿੰਡ ਦੇ ਲੋਕ ਜੀ ਮੇਰੇ ਨਾਲ ਆ ਸਾਰੇ, ਕੋਈ ਕਹਿ ਦੇਣ ਆ ਬਾਹਰ ਦੇ ਇਹਨਾਂ ਨਾਲ ਇਹ ਸਾਰੇ ਮੇਰੇ ਨਾਲ, ਪਿੰਡ ਪੰਚਾਇਤ ਸਾਰੀ ਮੇਰੇ ਨਾਲ। ਇਸ ਤਰ੍ਹਾਂ ਜੀ, ਇੱਕ ਨਿਸ਼ਾ ਨਾਮ ਦੀ ਲੜਕੀ ਆ, ਇਹ 6 ਤਰੀਕ ਨੂੰ ਹੋਸਪਿਟਲ ਐਡਮਿਟ ਹੋਈ ਸੀ, 6-7 ਨੂੰ। ਉਦੋਂ ਬਾਅਦ ਅਸੀਂ ਜਿਹੜੀ MLR ਦੀ ਆ ਗਈ, ਉਦੋਂ ਬਾਅਦ ਜਦੋਂ ਅਸੀਂ ਬਿਆਨ ਲੈਣ ਗਏ, ਡਾਕਟਰ ਸਾਹਿਬ ਨੇ ਕਿਹਾ ਵੀ ਉਹ 6 ਨੂੰ ਹੀ ਸ਼ਾਮ ਨੂੰ ਛੁੱਟੀ ਲੈ ਕੇ ਚਲੇ ਗਈ ਆ। ਉਦੋਂ ਬਾਅਦ ਇਹ 7 ਤਰੀਕ ਨੂੰ ਦੁਬਾਰਾ ਐਡਮਿਟ ਹੋਈ ਸੀਗੀ, ਅਤੇ ਅਸੀਂ 8 ਤਰੀਕ ਨੂੰ ਦੁਬਾਰਾ ਜਦੋਂ ਉਹਦੇ ਬਿਆਨ ਲੈਣ ਗਏ, ਅਤੇ ਇਹਨਾਂ ਨੇ ਕਿਹਾ ਵੀ ਸਾਡਾ ਘਰੇਲੂ ਮਾਮਲਾ ਹੈ, ਵੀ ਇਹਦਾ ਮਾਮਿਆਂ ਨਾਲ ਅਤੇ ਆਪਦੀਆਂ ਮਾਸੀਆਂ ਨਾਲ ਝਗੜਾ ਹੈ ਕੋਈ, ਉਹਦੇ ਕਰਕੇ ਸਾਡੀ ਜਿਹੜੀ ਆ ਰਿਸ਼ਤੇਦਾਰੀ 'ਚ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਆ, ਵੀ ਅਸੀਂ ਅਜੇ ਰਾਜ਼ੀਨਾਮੇ ਵਾਸਤੇ ਸਾਨੂੰ ਟਾਈਮ ਦਿਓ, ਜੇ ਰਾਜ਼ੀਨਾਮਾ ਸਾਡਾ ਨਹੀਂ ਹੁੰਦਾ ਤਾਂ ਅਸੀਂ ਉਸ ਸੰਬੰਧੀ ਅਗਲਾ ਅਲੱਗ ਬਿਆਨ ਲਿਖਾ ਕੇ ਆਪਣੀ ਕਾਰਵਾਈ ਕਰਾਂਗੇ। ਪਤਾ ਨਹੀਂ ਜੀ ਇਹਨਾਂ ਨੇ ਪੰਚਾਇਤ ਦਾ ਟਾਈਮ ਲਿਆ ਸੀ, ਸਵੇਰੇ ਮੈਨੂੰ ਫੋਨ ਆਇਆ ਸੀਗਾ ਵੀ ਅਸੀਂ ਥਾਣੇ ਆਉਣਾ ਹੈ, ਅਸੀਂ ਦੋਵਾਂ ਪਾਰਟੀਆਂ ਨੂੰ ਬੁਲਾਇਆ ਸੀ, ਦੋਨੋਂ ਪਾਰਟੀਆਂ ਬਾਹਰ ਆਈਆਂ ਹੋਈਆਂ ਨੇ। ਨਹੀਂ, ਕੰਪਲੇਂਟ ਵੇਖੋ ਜੀ, ਇਹਨਾਂ ਦੀ MLR ਆਈ ਸੀ ਜਦੋਂ, ਇਹਨਾਂ ਨੇ ਮੁੜ ਕੇ ਇਹੋ ਕਿਹਾ ਕਿ ਅਸੀਂ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ, ਕਿਉਂਕਿ ਇਹਦੇ ਮਾਮੇ ਅਤੇ ਮਾਸੀਆਂ ਦੇ ਨਾਲ ਹੀ ਇਹਦਾ ਝਗੜਾ ਹੈ, ਘਰੇਲੂ ਮੈਟਰ ਹੈ ਇਹਨਾਂ ਦਾ ਆਪਣਾ। ਘਰ ਜੀ ਵੇਖੋ, ਇਹਦੇ ਮਾਸੀ ਦੇ ਲੜਕੇ, ਮਾਸੀ ਮਾਸੜ ਅਤੇ ਇਹਦੇ ਮਾਮੇ ਅਤੇ ਮਾਮਿਆਂ ਦੇ ਮੁੰਡੇ ਹੀ ਆਏ ਸੀਗੇ ਜਿਹੜੀ ਅਸੀਂ ਤਫਤੀਸ਼ ਕੀਤੀ ਆ। ਉਹ ਇਹਨਾਂ ਦਾ ਕੋਈ ਜਿਹੜਾ ਉੱਥੇ ਬੂਥਗੜ੍ਹ ਦੇ ਵਿੱਚ ਮਾਮੇ ਦੇ ਮੁੰਡੇ ਦੇ ਵਿਆਹ 'ਚ ਕੋਈ ਝਗੜਾ ਹੋਇਆ ਸੀਗਾ, ਉਹਦੇ ਸੰਬੰਧ 'ਚ ਬੈਠ ਕੇ ਕੋਈ ਘਰ ਗੱਲਬਾਤ ਕਰ ਰਹੇ ਸੀ। ਦੇਖੋ ਜੀ ਹੁਣ ਆਪਾਂ ਕੀ ਕਹਿ ਸਕਦੇ ਹਾਂ, ਇਹ ਤਾਂ ਇਹਨਾਂ ਦਾ ਆਪਣਾ ਮੈਟਰ ਆ। ਕਾਰਵਾਈ ਦੇਖੋ ਜੀ, MLR ਦੇ ਮੁਤਾਬਕ ਜਿਹੜੀ ਇਹ ਉਦਣ ਛੁੱਟੀ ਲੈ ਗਈ ਸੀ, ਉਸ ਤੋਂ ਬਾਅਦ ਜੋ ਵੀ ਇਹਨਾਂ ਦੀ ਕਾਰਵਾਈ ਬਣਦੀ ਹੈ ਕਾਨੂੰਨ ਮੁਤਾਬਕ ਉਹ ਅਸੀਂ ਕਰ ਦਾਂਗੇ।